स्वागत है किसान वीरों तुहाडा अपने यूट्यूब चैनल ढिलो डेयरी फार्म बरनाला दे विच। सो जिहड़े किसान वीर अपने इस चैनल ते वीडियो पहली बार देख रहे हैं उन्हां नूं रिक्वेस्ट है कि अपने यूट्यूब चैनल जो सबसक्राइब कर लियो। सो किसी भी वीर ने इदा दी ऐड करवाउणी होवे तां अपना नंबर है 8470197817। सो अज दी वीडियो कवर करन पहुंचे आपां सीनीवाल कला डेयरी फार्म तों। इत्थे वीर कोल काफ़ी नग सेल आ, डिटेल पुछदे वीर तों आपां अगे करिए गल। ਸਤਿ ਸ਼੍ਰੀ ਅਕਾਲ ਭਾਈ। ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ ਭਾਈ ਜੀ, ਨਾਮ ਐਡਰੈਸ ਦੱਸੋ ਜੀ ਆਪਣਾ। ਵੀਰ ਜੀ, ਮੇਰਾ ਨਾਮ ਰਮਨਪ੍ਰੀਤ ਸਿੰਘ ਆ, ਪਿੰਡ ਆਪਣਾ ਵੱਡਾ ਸੀਨੀਵਾਲ ਕਲਾਂ ਗਾ, ਜਿਹੜਾ ਆਪਣਾ ਫਾਰਮ ਆ ਸੀਨੀਵਾਲ ਕਲਾਂ ਤੋਂ 1.5 ਕਿਲੋਮੀਟਰ ਚੱਲ ਕੇ ਕਲਾਲੇ ਦੇ ਨੇੜੇ ਆ ਕੇ ਆਪਣਾ ਫਾਰਮ ਹੈਗਾ ਗਾ। ਠੀਕ ਹੈ। ਤੇ ਜ਼ਿਲ੍ਹਾ ਵੀਰ ਜੀ ਆਪਣਾ ਬਰਨਾਲਾ ਗਾ, ਤੇ ਜਿਹੜਾ ਆਪਣਾ ਕਨੈਕਟ ਨੰਬਰ ਆ ਵੀਰ ਜੀ 6807131934, 6807131934। ਆਪਣਾ ਵਟਸਐਪ ਵੀ ਇਸੇ ਨੰਬਰ ਤੇ ਚੱਲਦਾ, ਸਾਨੂੰ ਕੋਈ ਹੈਲੋ ਦਾ ਮੈਸੇਜ ਕਰੂਗਾ ਸਾਡੀ ਲੋਕੇਸ਼ਨ ਵੀਰੇ ਆਟੋਮੈਟਿਕਲ ਆਈ ਦਿਓ, ਸਿੱਧੀ ਫਾਰਮ ਤੇ ਲੈ ਕੇ ਆਊਗੀ। ਠੀਕ ਹੈ। ਅੱਜ ਆਪਾਂ 12 ਤਰੀਕ ਨੂੰ ਵੀਡੀਓ ਕਵਰ ਕਰਦੇ ਪਏ ਆਂਗੇ। ਅੱਜ ਆਪਣੇ ਕੋਲ ਮੌਕੇ ਤੇ ਕਿੰਨੇ ਨਾਗ ਹਾਜ਼ਰ ਆਏ ਵੀਰੇ? ਮੇਰੇ ਕੋਲ ਇਸ ਵਕਤ 25 ਨਾਗ ਇਸ ਵਕਤ ਹਾਜ਼ਰ ਖੜੇ ਨੇ, 10 ਨਾਗ ਆਪਣੇ ਹੋਰ ਆਉਣ ਵਾਲੇ ਆ 3-4 ਘੰਟਿਆਂ ਤੱਕ। ਠੀਕ ਹੈ। ਇਹ ਆਪਾਂ ਕੱਲ ਦਾ ਲਾਟ ਕੱਢਣਾ 13 ਤਰੀਕ 12ਵਾਂ ਮਹੀਨਾ 2023 ਦਿਨ ਬੁੱਧਵਾਰ। ਮੰਨ ਲਈਏ ਕੱਲ ਨੂੰ ਆਪਣੇ ਕੋਲ 34-35 ਨਾਗ ਹੋਣਗੇ। ਬਿਲਕੁਲ ਵੀਰੇ, ਸਵੇਰ ਬੰਦਾ 8 ਵਜੇ ਸੌਦਾ ਸਟਾਰਟ ਕਰੇ, ਪਹਿਲਾਂ 35 ਨਾਗ ਆ ਕੇ ਗਿਣ ਲੈ ਫਿਰ ਸੌਦਾ ਲਾਵੇ ਜੀ। ਠੀਕ ਹੈ। ਹੁਣ ਆਪਣੇ ਕੋਲ ਸਾਰਾ ਮੰਨ ਕੇ ਚਲੋ ਜਰਸੀ ਦਾ ਕੰਮ ਤੇ ਮਿਕਸ ਕਰਤਾ ਸਾਰਾ। ਹਾਂ ਵੀਰੇ, ਸਾਰਾ ਮਿਕਸ ਆ। ਐਚਐਫ ਜ਼ਿਆਦਾ, ਐਚਐਫ ਤਾਂ ਆਪਾਂ ਪਹਿਲਾਂ ਵੀ ਬਹੁਤ ਜ਼ਿਆਦਾ ਹੁੰਦੀ ਸੀ, ਆਪਾਂ ਇੱਕੇ ਮਹਾਰਾਸ਼ਟਰ ਮਾਲ ਘੱਟ ਭੇਜ ਰਹੇ ਆ, ਆਪਾਂ ਐਚਐਫ ਦਾ ਮਾਲ ਇੱਥੇ ਜ਼ਿਆਦਾ ਵੇਚ ਰਹੇ ਆ। ਕੀ ਆ? ਠੀਕ ਹੈ। ਮੰਨ ਕੇ ਚੱਲੇ ਕੱਲ ਨੂੰ ਵੀ ਲਗਭਗ 8-10 ਐਚਐਫ ਤੇ ਕ੍ਰਾਸ ਬੈੜਾ ਤੇ ਸਾਰੇ ਪੰਤਾ ਮਾਲ ਮਿਲੂਗਾ। ਸਾਰੇ ਪੰਨੇ ਐਚਐਫ ਬੈੜਾ 20 ਹੋਣਗੀਆਂ ਕੱਲ ਨੂੰ ਜੀ, ਘੱਟੋ ਘੱਟ। ਠੀਕ ਹੈ। ਤੇ ਰੇਟ ਕਿੱਥੋਂ ਲੈ ਕੇ ਕਿੰਨੇ ਤੱਕ? ਰੇਟ ਵੀਰੇ ਮੇਰਾ 50,000 ਤੋਂ ਸ਼ੁਰੂ ਹੁੰਦਾ ਗਾ ਤੇ 1,00,000 ਤੱਕ ਆਪਣਾ ਜਾਂਦਾ ਗਾ, ਤੇ ਕੁਝ ਕੁ ਸੌਦੇ 50 ਤੋਂ ਆਪਣੇ ਕੋਲ ਥੱਲੇ ਵਾਲੇ ਹੋਣਗੇ, ਪਰ ਥੋੜੇ ਸੌਦੇ ਹੋਣਗੇ 50 ਤੋਂ ਥੱਲੇ ਵਾਲੇ। ਮਤਲਬ 40-45 ਵਾਲੇ ਨਾਗ ਸਿਰਫ 8-10 ਕੀ ਹੋਣਗੇ ਲਗਭਗ? ਵੀਰੇ 8-10 ਵੀ ਨਹੀਂ ਹੁੰਦੇ, 5-6 ਨਾਗ ਹੋਣਗੇ ਤਕਰੀਬਨ। ਠੀਕ ਹੈ। ਬਾਕੀ ਸਾਰਾ 50 ਤੋਂ ਤਾਂ ਸਾਨੂੰ ਜਾਣਾ, 1,00,000 ਤੱਕ ਵਿੱਚ ਰੇਂਜ ਵਗ ਜਾਂਦੀ ਆ। ਬਾਕੀਆਂ ਵਾ ਰੇਸ ਮੰਨੀ, ਅੱਜ ਤੋਂ ਸਾਲ ਭਰ ਪਹਿਲਾਂ ਕਹਿੰਦੇ ਸੀ ਆਪਾਂ 35 ਤੋਂ ਸਟਾਰਟ ਹੁੰਦਾ, ਵੀ ਉਹ ਟ੍ਰੈਂਡ ਖਤਮ ਹੋ ਚੱਲਿਆ ਥੋੜਾ। ਬਿਲਕੁਲ ਵੀਰੇ, ਟ੍ਰੈਂਡ ਖਤਮ ਹੋ ਚੱਲਿਆ। ਬਾਕੀ ਵੀਰ ਜੀ, ਥੋੜਾ ਜਿਹਾ ਜ਼ਿਆਦਾ ਮਾੜਾ ਮਾਲ ਵੀ ਲੈਣ ਦਾ ਫਾਇਦਾ ਨਹੀਂ ਤੇ ਨਾ ਹੀ ਵੇਚਣ ਦਾ ਫਾਇਦਾ ਹੈਗਾ। ਠੀਕ ਹੈ। ਕੱਲਾ 5-4 ਹਜ਼ਾਰ ਵੱਧ ਲਾ ਲਓ, ਕਿਉਂ ਚੀਜ਼ ਵਾਰ ਵਾਰ ਨਹੀਂ ਲਈ ਜਾਂਦੀ ਜੀ। ਕਿਉਂਕਿ 35-37 ਹਜ਼ਾਰ ਨੂੰ ਖਰੀਦ ਕੇ ਤਾਂ ਮੰਨ ਕੇ ਚੱਲ ਆਪਦਾ ਮਨ ਵੀ ਨਹੀਂ ਸੰਤੁਸ਼ਟੀ ਮੰਨਦਾ। ਵੀਰੇ ਮੰਨਦਾ ਨਹੀਂ ਹੈਗਾ ਗਾ, ਬਾਕੀ ਚਲੋ ਪਰ ਨੂੰ ਮਹਿੰਗਾਈ ਵੀ ਜ਼ਿਆਦਾ ਹੋ ਗਈ ਤੇ ਬਾਕੀ ਵੀਰੇ ਬਾਲਾ ਥੋੜਾ ਜਿਹਾ ਜ਼ਿਆਦਾ ਚੂਰਨ ਵੇਚਣ ਦਾ ਕੋਈ ਫਾਇਦਾ ਨਹੀਂ ਹੈਗਾ। ਵੀ 50 ਹਜ਼ਾਰ ਨੂੰ ਮੰਨ ਕੇ ਚੱਲ ਚੰਗੀ ਜਿਹੜੀ ਬੈੜ 15-16 ਕਿਲੋ ਸਟਾਰਟਿੰਗ ਹੁੰਦੀ ਹੈ ਦੁੱਧ ਦੀ। ਬਿਲਕੁਲ ਵੀਰੇ, ਜਿਹੜਾ 50 ਲਾਊਗਾ 15-16 ਕਿਲੋ ਦੁੱਧ ਬਿਲਕੁਲ ਦੇਊਗੀ 50 ਹਜ਼ਾਰ ਚ। ਠੀਕ ਹੈ ਜੀ। ਬਾਜ ਆਪਾਂ ਗੱਲ ਕਰੀਏ ਪਹਿਲੇ ਨੰਬਰ ਤੇ ਆਪਾਂ ਜਰਸੀ ਜਿਹੜੀ ਤੇ ਜਿਹੜੀ ਆਪਾਂ ਵੱਡੀ ਜਰਸੀ ਦੇਖਦੇ ਪਏ ਆਂਗੇ, ਇਹ ਜੀ ਕਿਹੜਾ ਸੂਆ ਸੁੰਦੀ ਹੈ, ਕੀ ਡਿਟੇਲ ਹੈ ਜੀ? ਇਹ ਵੀਰ ਜੀ, ਮੈਂ ਨਾਲ ਦੇ ਪਿੰਡੋਂ ਹੀ ਲਈ ਆ, ਦੂਜਾ ਸੂਆ ਸੁੰਦੀ ਆ ਇਹ। ਠੀਕ ਹੈ। ਤੇ ਸੀਮਣ ਵੀ ਇਹਦੇ ਬਹੁਤ ਚੰਗਾ ਲੱਗਿਆ ਹੈਗਾ ਗਾ, ਇਹ ਆਪਾਂ ਨਾਲ ਦੇ ਪਿੰਡੋਂ ਲਈ ਆ, ਤਕਰੀਬਨ ਵੀਰੇ 1 ਹਫ਼ਤਾ ਸੂਣ ਨੂੰ ਬਾਕੀ ਪਾ ਜੂਗੀ। ਠੀਕ ਹੈ। ਕਿਸੇ ਮੇਰੇ ਸੇਵ ਵਾਲੇ ਵੀਰ ਕੋਲੇ ਚਲੀ ਗਈ, ਦੁੱਧ ਬਹੁਤ ਸੋਹਣਾ ਪਾ ਜੂਗੀ। ਠੀਕ ਹੈ। ਹੁਣ ਇਹ ਸੂਆ ਸੁੰਦੀ ਆ, ਦੂਸਰਾ? ਦੂਸਰਾ ਸੂਆ ਸੁੰਦੀ ਆ ਵੀਰੇ, ਪਿਓਰ ਪੰਜਾਬ ਵਾਲੀ ਜਰਸੀ ਆ ਜੀ। ਸੋ ਮੂੰਹ ਦੇ ਟੋਆ ਵਗੈਰਾ ਤੇ ਮੱਥਾ ਤੇ ਕੰਨ ਵਗੈਰਾ ਜਾਦ ਬਰੀਡ ਪੂਰੀ ਫੁੱਲਾ ਤੇ 골ਡਨ ਕਲਰ ਦੇ ਵਿੱਚ ਆ। ਦੂਸਰਾ ਸੂਆ ਸੁਣ ਨੂੰ ਇਹ ਹਫ਼ਤਾ ਕ ਪੈਂਡਿੰਗ ਪਿਆ ਤੇ ਚੰਗਾ ਰਿਕਾਰਡ ਬਣ ਕੇ ਚਲੋ ਵੀਰ ਦੇ ਤਾਂ ਚੰਗੀ ਲਾ ਸਕਦੇ ਹਨਾ? ਬਿਲਕੁਲ ਵੀਰੇ, ਬਿਲਕੁਲ ਜਿਹੇ ਜਾਂ ਮਰਜ਼ੀ ਆਪਾਂ ਸੀਮਨ ਲਵਾਓ ਤਾਂ ਚੰਗੀਆਂ ਬੱਸੀਆਂ ਪਾ ਜੂਗੀ ਇਹ ਕਰਮ ਵਾਲੀ। ਠੀਕ ਹੈ। ਸੋ ਚੰਗਾ ਦੁੱਧ ਜਵਾ ਜੂਗੀ। ਬਾਕੀ ਜਾਦ ਬਰੀਡ ਫੁੱਲਾ ਤੇ ਰਾਜੀ ਰੂਜੀ ਬਹੁਤ ਹਵਾਨੇ ਤੇ ਨਾੜਾ ਵਗੈਰਾ ਦੇਖ ਸਕਦੇ ਹੋ। ਇਹ ਆਪਾਂ ਪਹਿਲੇ ਨੰਬਰ ਤੇ ਜਰਸੀ ਤੋਂ ਸਟਾਰਟਿੰਗ ਕਰੀ ਆ, ਸੂਣ ਚ ਹਫ਼ਤਾ ਲਗਭਗ ਬਾਕੀ ਆ ਤੇ ਅੱਗੇ ਜਿਹੜੇ ਭਾਜੀ ਆਪਾਂ ਐਚਐਫ ਬੜਾ ਦੇਖਦੇ ਪਏ ਇਹਨਾਂ ਦੇ ਵਿੱਚ ਇਹ ਵੀਰੇ ਜਿਹੜੀ ਐਚਐਫ ਆ ਗਈ ਇਹ ਨਾਲ ਥੋੜਾ ਜਿਹਾ ਕ੍ਰੋਸ ਹੈਗਾ, ਜਿਵੇਂ ਗਰਮੀ ਦੇ ਵਿੱਚ ਇਹ ਚੰਗੀ ਰੋਗੀ ਬੈਡ 20% ਕ੍ਰੋਸ ਹੈਗਾ। ਬਿਲਕੁਲ 20% ਕ੍ਰੋਸ ਹੈ ਜੀ, ਆਪਾਂ ਨੂੰ ਰਿਪੋਰਟ ਚੰਗੀ ਮਿਲੀ ਸੀ ਬੈਡ ਦੀ, ਆਪਾਂ ਤਾਂ ਲੈ ਕੇ ਆਏ ਆਂਗੇ ਇਹ। ਇਹ ਗੱਬੜਾ ਹੀ? ਬਿਲਕੁਲ ਗੱਬੜਾ ਵੀਰੇ, ਇਹ ਵੀ ਤਕਰੀਬਨ ਹਫ਼ਤੇ ਤੋਂ 10 ਦਿਨ ਦੇ ਵਿੱਚ ਸੂਗੀ ਜੀ। ਹਫ਼ਤਾ 10 ਦਿਨ ਲਗਭਗ ਇਹਦੇ ਸੂਣ 'ਚ ਬਾਕੀ ਪਏ ਹੈਗੇ। ਸੋ ਇਹ ਸਾਰਾ ਜਿਹੜਾ ਆਪਾਂ ਦੇਖਦੇ ਪਏ 1,00,000 ਤੋਂ ਅੰਦਰ ਵਾਲਾ ਸਟਾਕ ਹੀ ਹੈ ਸਾਰਾ। ਬਿਲਕੁਲ ਅੰਦਰ ਵਾਲਾ ਹੀ ਹੈ ਵੀਰੇ, ਬਾਹਰ ਵਾਲਾ ਆਪਣੇ ਕੋਲ ਕੁਛ ਨਹੀਂ ਹੈਗਾ ਜੀ। ਠੀਕ ਹੈ। ਇਹਦੇ ਇੱਕ ਆਪਾਂ ਅੰਦਾਜ਼ਾ ਇਹ ਲਾ ਸਕੇ, ਵੈਸੇ ਦੁੱਧ ਪੋਤਾ ਕਹਿੰਦੇ ਕਰਮਾਂ ਹੁੰਦਾ ਵੀ ਕਿੰਨਾ ਕੁ ਦੁੱਧ ਪਾ ਸਕਦੀ ਹੈ ਵੀਰੇ? ਅਸੀਂ ਇਹਦਾ 25 ਕਿਲੋ ਦੁੱਧ ਚਵਾ ਦੇਵਾਂਗੇ, ਜਿਹੜੇ ਹਿਸਾਬ ਨਾਲ ਜਾਨਵਰ ਦੇ ਅੱਖਰ ਹੈ ਇਹਦੇ ਕਰਮ ਵਾਲੀ। ਬਾਕੀ ਦੁੱਧ ਪਾਊ ਫੈਟ ਵਾਲਾ ਹੈ। ਬਿਲਕੁਲ ਫੈਟ ਵਾਲਾ ਪਾਊ ਜੀ। ਠੀਕ ਹੈ। ਸੋ ਇਹ ਸੀਗੀ ਦੂਜੇ ਨੰਬਰ ਤੇ ਥਣ ਵਗੈਰਾ ਚੰਗਾ ਸਹਿਜ ਤੇ ਮੋਟਾ ਥਾਣਾ ਮੁੱਠੀ ਵਾਲਾ ਤੇ 25 ਕਿਲੋ ਵੀਰ ਕਹਿੰਦੇ ਤਾਂ ਆਪਾਂ ਜਵਾਬ ਵੀ ਦੇਵਾਂਗੇ ਤੇ ਬਾਕੀ ਹਵਾਨੇ ਤੇ ਨਾੜਾ ਵਗੈਰਾ ਦੇਖ ਸਕਦੇ। ਬਹੁਤ ਚੰਗਾ ਬਰੀਕ ਜਿਵੇਂ ਅਖਬਾਰ ਤੇ ਖਬਰ ਸਾਫੀ ਹੁੰਦੀ ਆ ਉਸ ਤਰ੍ਹਾਂ ਦੇ ਹਵਾਨੇ ਤੇ ਨਾੜਾ ਚੰਗੇ ਦਿਖਾਈ ਦਿੰਦੀਆਂ ਪਈਆਂ ਗਈਆਂ ਤੇ ਬਾਕੀ ਨਾਗ ਅੱਜ ਆਪਣੇ ਕੋਲ ਮੌਕੇ ਤੇ 24-25 ਨਾਗ ਲਗਭਗ ਹਾਜ਼ਰ ਹੈਗੇ। 25 ਨਾਗ ਆਪਣੇ ਕੋਲ ਹੁਣ ਵੀਡੀਓ 'ਚ ਦਿਖਣ ਵਾਲੇ ਆ। ਠੀਕ ਹੈ। 10 ਨਾਗ ਲਏ ਆ, ਪੇਮੈਂਟ ਦਿੱਤੀ ਵੀ ਆ, ਕੋਈ 2 ਘੰਟਿਆਂ ਨੂੰ ਆਜੂ, ਕੋਈ 4 ਨੂੰ ਸ਼ਾਮ ਤੱਕ, ਟੋਟਲ 35 ਹੋ ਜਾਣਗੇ ਆਪਣੇ ਫਾਰਮ ਤੇ। ਠੀਕ ਹੈ। ਤੇ ਜਿਵੇਂ ਤੀਜੇ ਨੰਬਰ ਤੇ ਆਪਾਂ ਸੂਈ ਵੀ ਬੈੜ ਦੇਖਦੇ ਪਏ ਆ ਵੀਰੇ, ਇਹ ਜਿਹੜੀ ਜਰਸੀ ਦੇ ਵਿੱਚ ਕ੍ਰੋਸ ਆ, ਮੂੰਹੋਂ 4 ਦੰਦ ਆ ਪਿਓਰ। ਠੀਕ ਹੈ। ਕਹਿਣ ਦੀ ਗੱਲ ਨਹੀਂ ਕਿ ਦੰਦ ਪੱਟ ਕੇ ਦਿਖਾਵਾਂਗੇ ਦੂਜੇ, ਪਰ ਸੂਆ ਇਹ ਦੂਜਾ ਸੂਈ ਆ, ਸੂਆ ਦੂਜਾ ਸੂਈ ਆ। ਇਹ ਬਹੁਤ ਚੰਗੇ ਵੀਰ ਕੋਲੋਂ ਆਈ ਆ, ਉਹਦੀ ਖੀਰੀ ਬੈੜ ਸਵਾਦੀ ਸੀ ਪਲੂਣ ਉਹਨੇ। ਠੀਕ ਹੈ। ਤੇ ਪਲੂਣ ਦਾ ਕਹਿੰਦਾ ਆਪਾਂ 25 ਕਿਲੋ ਤੋਂ ਚਵਾਇਆ ਤੇ ਦੁੱਧ ਬਾਕੀ ਹੈ, ਬੱਸੀ ਬਹੁਤ ਦੇਊਗੀ ਕੱਲ ਸ਼ਾਮੀ
ਸੋ ਬਾਕੀ ਹਵਾਨਾ ਦੇਖੋ ਬਿਲਕੁਲ ਸਟ੍ਰੈਚ ਰੈਡਰ ਦੀ ਹੈ ਮੂੰਹ ਚਾਰ ਦੰਦ ਜੈਨੂਅਨ ਦੂਸਰਾ ਸੂਰਸ ਦੀ ਆ ਥਾਣਾ ਜਾਂ ਸਪੇਸ 'ਤੇ ਲੈ ਕੇ ਸਕੋਰ ਵਗੈਰਾ ਦੇਖ ਸਕਦੇ ਹੋ ਪੂਰੀ ਬਲੱਡ ਦੇ ਵਿੱਚ ਆ ਘੱਟ ਤੋਂ ਘੱਟ 7-8 ਸੂਏ ਦੁੱਧ ਪੀ ਕੇ ਜਵਾਨੀ ਦਿੱਖ ਦੇਣੀਆਂ ਨੇ ਸੋ ਨਾੜਾਂ ਵਗੈਰਾ ਦੇਖੋ ਬਰੀਕੀ ਦੇ ਵਿੱਚ ਸੋ ਨਾ ਕਾਫੀ ਇਕੱਲੇ ਇਕੱਲੇ ਬਾਰੇ ਡਿਟੇਲ ਲੈਣ ਲੱਗ ਕੇ ਘੱਟ ਤੋਂ ਘੱਟ ਵੀਡੀਓ ਆਪਣੀ ਅੱਧੇ ਘੰਟੇ ਚੱਲੀਓ ਮੋਟੀ ਮੋਟੀ ਆਪਣੀ ਡੇਲ ਵੀਡੀਓ ਤੋਂ ਲੈ ਦਿੰਦੇ ਹਾਂ ਸੋ ਅੱਗੇ 3 ਨੰਬਰ 'ਤੇ ਵੀ ਕਰੋਸ ਪੰਚ ਆ ਗਈ ਹਲਕਾ ਜਿਹਾ ਹਨਾ ਹਾਂ ਵੀਰੇ 15 ਦਿਨ ਦੀ ਕੱਚੀ ਹੈ ਜੀ ਠੀਕ ਹੈ ਤੇ ਬੈਡ ਦਾ ਦੁੱਧ ਦੀ ਰਿਪੋਰਟ ਬਹੁਤ ਸੋਹਣੀ ਮਿਲੀ ਵੀ ਆ ਖੈਰ ਦੁੱਧ ਵਾਲੀ ਆ ਦੁੱਧ ਚੰਗਾ ਪਾ ਜੂਗੀ ਜੀ ਹੁਣ ਆਪਾਂ ਇਹ ਵਿਹੜਾ ਦੇਖੀ ਜਾਂਦੇ ਇਹਨਾਂ ਦੇ ਬੰਦਾ ਪੇਮੈਂਟ ਲਾ ਲਓ ਕੱਲੂ ਲਾਂਭਾ ਨਹੀਂ ਆਪਣ ਦਿੰਦਾ ਬਿਲਕੁਲ ਵੀਰੇ ਲਾਂਭੇ ਵਾਲਾ ਮਾਲ ਹੀ ਨਹੀਂ ਹੈਗਾ ਜੀ ਸਾਰਾ ਦੁੱਧ ਵਾਲਾ ਮਾਲ ਹੈਗਾ ਠੀਕ ਹੈ ਸੋ ਵੀਰੋ ਆਹ ਦੇਖੋ ਜਿਵੇਂ ਸਾਫ਼ ਸੁਥਰੀ ਵਿਹੜਾ 4th ਨੰਬਰ 'ਤੇ ਦਿਖਾਉਂਦੇ ਪਏ ਹਾਂਗੇ ਬਾਕੀ ਆ ਦਿਨ ਕੁਝ ਸੂਣ ਦੇ ਵਿੱਚ ਸਾਈਜ਼ ਵਗੈਰਾ ਅਤੇ ਬੋਡੀ ਸਟਰਕਚਰ ਹੱਡਾਂ ਪਰਾਂ ਦੀ ਮਜ਼ਬੂਤ ਆ ਸੋ ਜਿਹੜੇ ਬਿਹੜਾ ਸਾਨੂੰ ਦਿਖਾਉਣ ਪਰ ਲਗਭਗ ਦੂਸਰਾ ਹੀ ਆ ਤੀਸਰਾ ਸੂਆ ਕੋਈ ਇੱਕ ਅੱਧੀ ਪਸੱਕ ਹੋਵੇ ਵਿੱਚੋਂ ਤੇ ਦੇਖੋ ਹਾਂ ਤੀਸਰਾ ਸੂਆ ਆਪਣੇ ਕੋਲ ਦੋ ਬਿਹੜਾ ਨੇ ਵੀਰੇ ਸਾਰੇ ਮਾਲ 'ਚ ਦੋ ਬਿਹੜਾ ਤੀਜਾ ਸਾਰਾ ਮਨ ਕੇ ਜਦੋਂ ਨਵਾਂ ਹਾਣੀ ਹੈ ਸਾਰਾ ਹਾਂ ਗੇੜੇ ਦੀ ਪਲੂਣ ਬੱਸੀ ਆ ਮੂੰਹੋਂ ਚਾਰ ਦੰਦ ਆ ਜੀ ਠੀਕ ਹੈ ਮੂੰਹੋਂ ਚਾਰ ਦੰਦ ਪਲੂਣ ਪਹਿਲਾ ਸੂਆ ਸੁਣਦੀ ਹੈ ਚਾ ਬਰੀਡ ਦੇ ਵਿੱਚ ਪਿਸਟਾਟਿਕ ਕਰਨਗੇ 25-26 ਰਾਉਣਾ ਵੀਰੇ 25 ਪਾਉ ਇੱਕ ਪਹਿਲੀ ਵਾਰ ਜੀ ਬਰੀਡ ਬਹੁਤ ਆ ਬੱਸੀ ਦੀ ਸੋ ਬਰੀਡ ਕ
ਆਪਾਂ ਵੈਡ ਦੇਖੀਏ ਨੇ ਜੀ ਵੀਰੇ ਕ੍ਰੋਸ ਵੈਡ ਆਈ ਆ ਇਹ ਜੀ ਠੀਕ ਹੈ ਇਹ ਮਾਸਟਰ ਬੰਦੇ ਤੋਂ ਲਈ ਆ ਤਕਰੀਬਨ ਸੂਨ ਨੂੰ ਇੱਕ ਹਫਤਾ ਬਾਕੀ ਪਾਊਗੀ ਤੇ ਥੱਲੇ ਵੀਰੇ ਦੇਸੀ ਮਖਿਆਲ ਹੀ ਲਾ ਦੂ ਬੱਸੀ ਦਾ ਕਰੈਕਟਰ ਇੰਨਾ ਚੰਗਾ ਜੀ ਬੱਚੀ ਸਾਫ ਵੀਰੇ ਸਮੀ ਪਲੀ ਬਹੁਤ ਨਾ ਹਾਂ ਹਾਂ ਬਹੁਤ ਸਮੀ ਪਲੀ ਆ ਵੀਰ ਜੀ ਠੀਕ ਹੈ ਚੰਗੇ ਸ਼ੌਂਕ ਦੇ ਨਾਲ ਆਈ ਵੀਰੇ ਹਨਾ ਜਮਾ ਬਿਲਕੁਲ ਵੀਰੇ ਮਾਸਟਰ ਬੰਦੇ ਤੋਂ ਲਈ ਆ ਬਹੁਤ ਸ਼ੌਂਕ ਨਾਲ ਰੱਖੀ ਸੀ ਕਰਮ ਵਾਲੀ ਠੀਕ ਹੈ ਸੂਨ ਚ ਲੈ ਜੂ ਹਫਤਾ ਜੇ ਬਿਲਕੁਲ ਹਫਤਾ ਪਾ ਜਾਣਾ ਵੀਰੇ ਦੇਸੀ ਮਖਿਆਲ ਲਾਊ ਕਰਮ ਵਾਲੀ ਤੇ ਠੰਡੀ ਸੀਲ ਵਾਧੂ ਆ ਬਾਲੀ ਠੰਡੀ ਸੀਲ ਆ ਜੀ ਦੋਨੇ ਪਾਸੇ ਬਹਿ ਕੇ ਚਾਉਂਦੇ ਸੀਗੇ ਜੀ ਉਹ ਠੀਕ ਹੈ ਸੋ ਸਾਫ ਸੁਥਰੀ ਬਹਿੜਾ ਪੂਰੀ ਵਧੀਆ ਸੂਨ ਨੂੰ ਕੁਝ ਕਹਿੰਦਾ ਟਾਈਮ ਬਾਕੀ ਪੈਗਾ ਤੇ ਸਾਫ ਸੁਥਰੀ ਇੰਨੀ ਜ਼ਿਆਦਾ ਮਨ ਕੇ ਚਲੋ ਚੌਂਕ ਹੋਗੀ ਘਰੇ ਖੜੀ ਤੇ ਜਿਹੜੇ ਨਾਲ ਖੜੀ ਇਹਦੇ ਐਚ ਐਫ ਅੱਗੇ ਇਹ ਵੀਰੇ ਆਪਾਂ ਇੱਥੋਂ ਹੀ ਲਈ ਆ ਫਾਰਮ ਦੇ ਵਿੱਚੋਂ ਲਈ ਆ ਠੀਕ ਹੈ ਇਹਦੇ 12 ਦਿਨ ਟਾਈਮ ਪੂਰਾ ਹੁਣ ਚ ਬਾਕੀ ਪਏ ਆ ਬਾਕੀ ਆਪਣੇ ਕੋਲ ਇਹਦਾ ਜਿਹੜਾ ਸੀਮਨ ਸੁਮਨ ਲੱਗਿਆ ਉਹਦਾ ਆਪਣੇ ਕੋਲ ਬਾਇਓਡਾਟਾ ਹੈਗਾ ਸਰਕਾਰ ਸਾਰਾ ਆਪਣਾ ਕਾਪੀ ਦੇ ਨਾਲ ਹੈਗਾ ਵੀਰੇ ਦਾ ਹੈਗਾ ਠੀਕ ਹੈ ਸੋ ਇਹ ਕੁਝ ਕੁ ਦਿਨ ਕੱਢਦੀ ਪਈ ਆ ਸੂਨ ਦੇ ਵਿੱਚ ਇਹ ਜਿਵੇਂ ਬਹਿੜਾ ਪਣ ਦਾ ਜਾਏ ਲਾਸ ਕੇ ਗੈਸੀ ਇਹਦੇ ਵਿੱਚ ਕਿੰਨੇ ਕਿ ਦੁੱਧ ਸਟਾਰਟਿੰਗ ਕਰਨੀ ਵੀਰੇ 35 ਕਿਲੋ ਪਾਊ ਜੀ ਇਹ ਦੂਜਾ ਸੂਆ ਸੂਨ ਦੀ ਹੈਗੀ ਠੀਕ ਹੈ ਧੋਰੀ ਪ੍ਰਾਈਨ ਬਾਰ ਸੁਬਰ ਅੱਗੇ ਬਹਿੜ ਦੇਖ ਸਕਦੇ ਹੋ 7ਵੇਂ ਨੰਬਰ ਵਾਲੀ ਬਹਿੜ 35-34 ਕਿਲੋ ਦੁੱਧ ਇਹਨੇ ਆਰਾਮ ਨਾਲ ਦੇ ਦੇਣਾ ਬਾਕੀ ਬਾਲਟਿਲਾ ਦੇਖੋ ਹਵਾਨੇ ਦੇ ਵਿੱਚ ਹਵਾਨੇ ਦੇ ਨਾੜਾ ਵੀ ਬਹੁਤ ਚੰਗੇ ਦਿਖਾਈ ਦਿੰਦੇ ਪਏ ਸਾਈਜ਼ ਵਗੈਰਾ ਤੇ ਬਾਡੀ ਸਟਰਕਚਰ ਪੂਰਾ ਇਹਦਾ ਓਕੇ ਆ ਕੁਝ ਕੁ ਟਾਈਮ ਇਹਦਾ ਸੂਨ ਦੇ ਵਿੱਚ ਡਿਲੀਵਰੀ 'ਚ ਬਾਕੀ ਪਿਆ ਹੈਗਾ ਤੇ ਅੱਗੇ 7ਵੇਂ ਨੰਬਰ ਜਿਹੜੇ ਆਪਾਂ ਤਾਜ਼ੀ ਸੂਈ ਦੇਖਦੇ ਆ ਇਹਦੀ ਬੱਚੀ ਬੈਠੀ ਆ ਹੈ ਇਹਨੂੰ ਵੀਰੇ 1 ਘੰਟਾ ਹੋਇਆ ਸੂਈ ਨੂੰ ਜੇਰ ਹਜੇ ਇਹਦੀ ਪੈਣੀ ਬਾਕੀ ਆ ਠੀਕ ਹੈ ਸੂਆ ਇਹ ਦੂਜਾ ਸੂਈ ਆ ਮੂੰਹੋਂ ਪਿਓਰ ਸੇਦਾਂ ਦਾ ਮਗਰ ਇਹਦੇ ਬੱਸੀ ਆ ਜੀ ਠੀਕ ਹੈ ਜੇਰ ਹੀ ਸਟਾਰਟ ਹੋ ਚੁੱਕੀ ਹੈ ਹਨਾ ਹਾਂ ਜੇਰ ਪੈ ਜਾਣੀ ਆ ਵੀਰੇ 2 ਘੰਟੇ ਤੱਕ ਜੀ ਠੀਕ ਹੈ ਜਿਵੇਂ ਇਹ ਬਹਿੜ ਹੁਣ ਬਣੀ ਵੀ ਆ ਬਹੁਤ ਫਸੀ ਖੜੀ ਆ ਹਨਾ ਕਿੰਨਾ ਹੈਗਾ ਆਪਾਂ ਗੈਸ ਲਾਈਏ ਦੁੱਧ ਵਾਲੇ ਤੋਂ ਵੀਰੇ ਦੁੱਧ ਦੇਖੋ 25 ਕਿਲੋ ਦਾ ਪੋਲੇ ਹੱਥ ਨਾਲ ਜੀ ਠੀਕ ਹੈ ਤੇ ਮੜੀ ਸੇ ਵਾਲੇ ਵੀਰ ਕੋਲੇ ਚਲੀ ਗਈ 30 ਕਿਲੋ ਦੁੱਧ ਪਾਊ ਇਹ ਜੀ ਥਣ ਸੁਣ ਬੜਾ ਨਜਾਇਜ਼ ਚੰਗਾ ਕਰਮਾਂ ਨੂੰ ਲੱਗਿਆ ਸੋ ਦੂਰਾ ਥਣ ਲੱਗਿਆ ਵਾ ਜਿਵੇਂ ਹੱਥੀ ਚਵਾਈ ਵਾਲਾ ਜਿਵੇਂ ਤੇ ਸਾਫ ਸੁਥਰਾ ਜੇਰੇ ਦੀ ਪਈ ਜਾਂਦੀ ਆ ਫੁੱਲ ਜਾਤ ਪਾਤ ਦੇ ਵਿੱਚ ਆ ਗਈ ਪਿੱਛੇ ਵੀ ਬੱਚਾ ਫੀਮੇਲ ਕਾਫ ਆ ਬੱਚੀ ਆ ਮਿਸੇ ਇਹ ਜਿਹੜੇ ਆਪਾਂ ਨਾਕਸ ਨੂੰ ਦਿਖਾਈ ਜਾਂਦੇ ਆ ਕਿ ਪਿੰਡ ਸੀਨੀ ਵਾਲਕਲਾ ਇੱਥੇ ਤੁਹਾਨੂੰ ਕੱਲ ਨੂੰ 13 ਤਰੀਕ ਨੂੰ ਸਵੇਰੇ ਤੁਸੀਂ ਪਹੁੰਚੇ ਚਾਹੇ ਬੇਸ਼ੱਕ ਵੀਰ ਕੋਈ ਅੱਜ ਪਹੁੰਚੇ ਸ਼ਾਮ ਨੂੰ ਪਰ ਸਵੇਰੇ 11 ਵੀਰ ਸੌਦੇ ਕਰੂ ਸਾਰਿਆਂ ਦੇ ਜਿਹੜੀ ਨਾਲ ਖੜੀ ਆ ਵੱਡੀ ਨਾਟ ਕੇ ਰਹੀ ਜੀ ਵਾ ਸੌਦੇ ਵੀਰੇ ਆਪਾਂ ਕੱਲ ਨੂੰ ਕਰਾਂਗੇ ਅੱਜ ਤਾਂ ਮੈਂ ਹੁਣ ਜਾ ਰਿਹਾ ਜਿਹੜੇ 10 ਬੜਾ ਲੈਣੀਆਂ ਨੇ ਠੀਕ ਹੈ ਤੇ ਅੱਜ ਕੋਈ ਫਾਇਦਾ ਨਹੀਂ ਕਿਹੜਾ ਹੀ ਲੱਗੂ ਕੱਲ ਨੂੰ ਹੀ ਆ ਵਿੱਚ ਵੀਰ ਕਹਿੰਦਾ ਬੋਲੀ ਹੁੰਦੀ ਆ ਵੀਰੇ ਇੱਥੇ ਬੋਲੀ ਕੋਈ ਨਹੀਂ ਹੁੰਦੀ ਕੋਈ ਦਲਾਲੀ ਫਲਾਲੀ ਨਹੀਂ ਕਿਸੇ ਕਿਸਮ ਦਾ ਕੋਈ ਖਰਚਾ ਨਹੀਂਗਾ ਠੀਕ ਹੈ ਮਤਲਬ ਸਿੱਧਾ ਸੌਦਾ ਕਰੋ ਸਿੱਧਾ ਸੌਦਾ ਵੀਰੇ ਸਿੱਧਾ ਤੇ ਜਿਹੜੀ ਆਪਾਂ ਨਾਲ ਖੜੀ ਆ ਜਿਵੇਂ ਵੱਡੀ ਵੜ ਇਹ ਵੀਰੇ ਅਸਲ ਵਿੱਚ ਸਾਡਾ ਸਵਾ ਕੇ ਵੇਚਣ ਦਾ ਇਰਾਦਾ ਹੈਗਾ ਆਪਣੇ ਯਾਰ ਮਿੱਤਰ ਕੋਲੋਂ ਹੀ ਆਈ ਆ ਟੌਪ ਦੇ ਫਾਰਮ 'ਚ ਉਹਦਾ 50 ਲੀਟਰ ਪਨੂਨ ਦਾ ਪਾਇਆ ਵਾ ਇਹਦਾ 55-60 ਨੂੰ ਟੱਚ ਕਰ ਸਕਦਾ ਬਿਲਕੁਲ ਵੀਰੇ ਕਰੂਗੀ 21 ਤਰੀਕ ਨੂੰ ਦਿਨ ਪੂਰੇ ਹੁੰਦੇ ਆ ਬੱਸੀ ਤੋਰੋ ਮਾੜੀ ਜੀ ਦੇਖੋ ਰੇਲ ਗੱਡੀ ਦੇ ਡੱਬੇ ਜਿੱਡੀ ਆ ਜੀ ਅੱਜ 10 ਦਿਨ ਬਾਕੀ ਪਿਆ ਸਮੂਚ ਅਜੇ ਦੇ ਜਿਹੜਾ ਬੰਦਾ ਵੀਰੇ ਬੈਠ ਆ ਕੇ ਦੇਖੂਗਾ 2 ਘੜੀਆਂ ਖੜ ਕੇ ਦੇਖੂ ਉਹਦੇ ਬੰਨੀ ਸੋ ਜਿਹੜੇ ਆਪਾਂ ਕਹਿੰਦੇ 80 ਕਿਲੋ 75 ਕਿਲੋ ਇਹ ਜਿਹਾ ਚਵਾਉਂਦੇ ਆ ਜਾ ਜਾ ਬਿਲਕੁਲ ਵੀਰੇ ਬਿਲਕੁਲ ਦੇਖ ਸਕਦੇ ਹੋ ਤੁਸੀਂ ਬੈਠ ਦੇਖੋ ਜੀ ਚਾਰਸ ਪਰੇ ਹੋ ਸੋ ਦੇਖੋ ਟੈਗ ਵਗੈਰਾ ਫਿਰ ਰਿਕਾਰਡ ਸਾਰਾ ਮਿਲੂ ਇਹਦਾ ਬਿਲਕੁਲ ਵੀਰੇ ਸਾਰਾ ਬਾਇਓਡਾਟਾ ਇਹਦਾ ਜੀ ਸਾਰਾ ਬਾਇਓਡਾਟਾ ਸੋ ਐਂਡ ਤੇ ਆਪਾਂ ਇਹਨੂੰ ਵੱਡੀ ਐਚ ਐਫ ਦਿਖਾਉਣੇ ਪਿਆ ਪਹਿਲਵਾਨਾਂ ਵਾਂਗੂ ਤੁਰਦੇ ਆ ਚੌੜੀ ਉਹ ਹੋ ਜਾਵਾ ਸੋ 50 ਕਿਲੋ ਦੁੱਧ ਪਲੂਣ ਦਾ ਦਿੱਤਾ ਹੋਇਆ ਦੂਸਰਾ ਸੂ ਇਸ ਵਾਰ ਸੁੰਦੀ ਆ ਸੋ ਦੇਖੋ ਜੇ ਮਾੜੀ ਟ੍ਰੈਕਟਰ ਦੇ ਕੋਲੋਂ ਲੈ ਕੇ ਜਾਈ ਜਿਵੇਂ ਨਹੀਂ ਕਹਿੰਦੇ ਅਰਜਨ ਟ੍ਰੈਕਟਰ ਜਿੱਡੀ ਹੈਗੇ ਜਿੰਨੀ ਲੰਮੀ ਆ ਮੋੜਦਾ ਟ੍ਰੈਕਟਰ ਦੇ ਨਾਲ ਦਾ ਮੋੜ ਕੇ ਦੇਖ ਸਕਦੇ ਹੋ ਸੋ ਬਰਾ ਦੇਖੋ ਮੂੰਹ ਬਤਾ ਬਿਲਕੁਲ ਟ੍ਰੈਕਟਰ ਜਿੱਡੀ ਬੈੜਾ ਦੇਖੋ ਟ੍ਰੈਕਟਰ ਦੇ ਦੂਜੇ ਪਾਸੇ ਸੋ ਦਿਖਾਈ ਨਹੀਂ ਦਿੰਦੀ ਜਿਵੇਂ ਟ੍ਰੈਕਟਰ ਵੀ ਮੰਨ ਕੇ ਚੱਲੋ ਵੀ ਗੱਠ ਉੱਚੇ ਥਾਂ 'ਤੇ ਖੜਾ ਇੱਕ ਕਹਿਣ ਦੀ ਗੱਲ ਹੁੰਦੀ ਕਦੇ ਨਾੜ ਗੇਰਾ ਕਹਿੰਦਾ ਤੇ ਕਦੇ ਵਿੱਚ ਵੀਰ ਕਹਿੰਦਾ ਤੁਸੀਂ ਗਾਪੀ ਛੱਡੀ ਜਾਂਦੇ ਆ ਸੋ ਦੇਖੋ 16 ਦੇ ਟਾਇਰਾਂ ਦਾ ਟ੍ਰੈਕਟਰ ਖੜਾ ਤੇ ਦੂਜੇ ਪਾਸੇ ਸੋ ਦੇਖਣ ਨਹੀਂ ਦਿੰਦੀ ਇਹ ਸੋ ਇਹ ਜੀ ਬੈਠਣਾ ਜੇ 60 ਕਿਲੋ ਦੁੱਧ ਦੂ ਤਾਂ ਮੰਨ ਕੇ ਚੱਲੋ
ਬਿਹੜਾ ਰੱਖੇ ਦਾ ਫਾਇਦਾ ਕੋਈ ਨਹੀਂ। ਤੇ ਬਾਕੀ ਆਪਾਂ ਬਾਹਰ ਲੋਟ ਦੇਖਦੇ ਪਏ ਸੂਏ ਵਾਹਣੇ ਆਪਾਂ ਸੂਏ ਫੰਦਾ ਹੱਦ ਨਾ ਆ ਬੱਸੀ ਵੀਰ ਜੀ 4 ਦੰਦ ਹੋ ਗਏ 6 ਦੰਦ ਹੋ ਗਈ ਹੈ ਪਲੂਣ ਆ ਠੀਕ ਹੈ ਦੁੱਧ ਬਹੁਤ ਚੰਗਾ ਤਾਜੀ ਸੂਈ ਹੈਗੀ ਠੀਕ ਹੈ ਇਹ ਵੀ ਵਿਕਰੀ ਲਈ ਆ ਆ ਬੱਸੀ 2 ਦੰਦ ਆ ਵੀਰੇ ਠੀਕ ਹੈ ਇਹ ਬੱਸੀ ਇਹ ਵੀ ਵਿਕਰੀ ਲਈ ਆ ਵੀ ਤਾਜੀ ਸੂਈ ਆ ਪਹਿਲਾ ਸੂਆ ਹੀ ਹੈਗਾ ਠੀਕ ਹੈ ਤੇ ਅੱਗੇ ਵੀਰੇ ਆ ਜਰਸੀ ਆ ਗਈ ਠੀਕ ਹੈ ਥੋੜੇ ਛੋਟੇ ਭਾਅ ਵਾਲੀ ਆ ਗਈ ਜਾਣੀ ਦੀ ਠੀਕ ਹੈ ਇਹ ਮਨ ਕੇ ਜਲਾ ਹਫਤੇ ਖੰਡ ਵਿੱਚ ਸੂਣ ਵਾਲੀ ਆ ਹਫਤੇ ਖੰਡ ਇੱਕ ਵੀਰੇ ਆ ਬੈਡ ਬਹੁਤ ਚੰਗੀ ਆ ਠੀਕ ਹੈ ਦੇਖ ਸਕਦੇ ਹੋ ਇਹ ਵੀ 30 ਲੀਟਰ ਤੋਂ ਪਲੱਸ ਵਾਲੀ ਆ ਠੀਕ ਹੈ ਤੇ ਇਹ ਬੈਡ ਦਾ ਬੀਮਾ ਵੀ ਵੀਰ ਦਾ ਹੋਇਆ ਬਸ ਉਹ ਦੇਖੋ SBI ਤੋਂ ਬੰਦੇ ਨੇ ਲੋਨ ਕਰਾਇਆ ਸੀ ਪਿਛਲੀ ਯਾਰ ਠੀਕ ਹੈ ਹਜੇ 2 ਮਹੀਨੇ ਇਹਦੇ ਬਾਕੀ ਰਹਿੰਦੇ ਆ ਜਿਹੜਾ ਬੀਮੇ ਦਾ ਪੂਰਾ ਹੁੰਦਾ ਸਾਲ ਦੀ ਡੇਟ ਠੀਕ ਹੈ ਇੰਸ਼ੋਰੈਂਸ ਹੋਇਆ ਵਾ ਇਹਦਾ ਹਾਂ ਵੀਰੇ ਬਹੁਤ ਚੋਇਆ ਵਾ ਪਲੂਣ ਬੰਦੇ ਨੇ ਲਈ ਸੀਗੀ ਬਹੁਤ ਕੋਈ ਅੰਤੀ ਨਹੀਂ ਬੱਸੀ ਦਾ ਠੀਕ ਹੈ ਤਕਰੀਬਨ ਵੈਸੇ 12 13 ਦਿਨ ਬਾਕੀ ਆ ਦੁੱਧ ਬਹੁਤ ਸੋਹਣਾ ਪਾ ਜੂਗੀ ਤੇ ਅੱਗੇ ਵੀ ਜੀ ਆ ਦੇਖ ਸਕਦੇ ਹੋ ਚਰਸੀ ਆ ਗਈ ਥੋੜੀ ਜੀ ਆਪਾਂ ਜਿਵੇਂ ਕਹਦੇ ਨੇ ਥੋੜਾ ਵਿੱਚ ਨਾਲ ਕ੍ਰਾਸ ਆ ਗਿਆ ਠੀਕ ਹੈ ਬੱਸੀ ਠੰਡੀ ਸੀ ਲੈ ਵੀ ਬਹੁਤ ਆ ਦੇਖੋ ਠੀਕ ਹੈ ਕੋਈ ਅੰਤੀ ਨਹੀਂ ਬਹੁਤ ਠੰਡੀ ਸੀ ਲੱਗੀ ਬਾਕੀ ਤੁਹਾਨੂੰ ਅੰਦਰ ਦਿਖਾ ਦਨੇ ਆ ਜੀ ਅੱਗੇ ਆਪਾਂ ਜਿਹੜਾ ਅੰਦਰ ਮਾਲ ਖੜਾ ਦੇਖਦੇ ਪਏ ਜਰਸੀਆਂ ਦੇ ਮਰਚ ਹਲਕਾ ਫੁਲਕਾ ਕ੍ਰਾਸ ਆ ਗਿਆ ਹਨਾ ਹਾਂ ਵੀਰੇ ਜਰਸੀ ਵਿੱਚ ਨਾਲ ਸਾਈ ਆ ਥੋੜਾ ਕ੍ਰਾਸ ਆ ਗਿਆ ਠੀਕ ਹੈ ਅੱਸੀ ਦਾ ਅੰਤ ਕੋਈ ਨਾ ਦੇਖੋ ਸੋ ਜਿਵੇਂ ਵਿੱਚ ਕਹਿੰਦੇ ਅੱਸੀ ਲੈਣੀ ਹੈ ਗੱਲਾਂ ਹੀ ਛੱਡ ਦਿਓ ਕੋਈ ਡਰਨ ਵਾਲੀ ਗੱਲ ਨਹੀਂ ਵੀ ਕ੍ਰਾਸ ਦੇ ਬਿਲਕੁਲ ਵੀਰੇ ਮਤਲਬ ਨਹੀਂ ਅੱਸੀ ਵੱਡੀ ਗੱਲ ਤੁਹਾਨੂੰ ਮੈਂ ਦੱਸਦਾ ਮੈਂ ਜਿੰਨਾ ਮਾਲ ਲੈ ਕੇ ਆਉਣਾ ਮੈਂ ਆਪਦੇ ਘਰੇ ਚੋਣ ਦੀ ਖਾਤਰ ਲੈ ਕੇ ਆਉਣਾ ਠੀਕ ਹੈ ਸਾਡਾ ਵੇਚਣ ਵਾਲਾ ਟੀਚਾ ਬਾਝੂ ਹੁੰਦਾਗਾ ਕਿਹੜਾ ਆਪਾਂ ਆਪਦੇ ਮਨ ਤੁਸੀਂ ਕਿਹੜਾ ਕਿਸੇ ਦੇ ਮੋਢੇ ਤਰਕੇ ਜਾਉਂਦੇ ਆ ਆਪਦੀ ਅੱਗ ਚਾਹ ਮੱਝਦੇ ਆਪ ਮੱਝਦੇ ਆ ਵੀਰੇ ਆਪਾਂ ਜਦੋਂ ਆਪਦੀ ਖਾਤਰ ਲੈ ਕੇ ਆਵਾਂਗੇ ਨਾ ਜਾਨਵਰ ਲਾਜ਼ਮੀ ਬਹੁਤ ਚੰਗਾ ਖਰੀਦਿਆ ਜਾਊਗਾ ਠੀਕ ਹੈ ਸਾਡੇ ਫਾਰਮ ਤੇ ਇੱਕ ਬੰਦਾ ਆ ਜੇ ਸਾਨੂੰ ਇੱਕ ਜਾਨਵਰ ਲੈਣ ਦੇਵੇ ਵੀਰੇ ਅਸੀਂ ਦੁੱਧ ਵਾਲਾ ਜਾਨਵਰ ਦੀ ਚੋਣ ਕਰਦੇ ਠੀਕ ਹੈ ਸੋ ਆਪਣਾ ਵਪਾਰ ਆ ਕੋਈ ਆਪਣਾ ਮਨ ਕੇ ਚਲੋ ਇਹ ਨਹੀਂ ਵੀ ਦਲਾਲੀ ਕਰਦੇ ਹਨਾ ਨਹੀਂ ਕੋਈ ਨਹੀਂ ਕਰਦੇ ਵੀਰੇ ਆ ਬੈਠ ਦੇਖੋ ਵੀਰੇ ਤਾਜੀ ਸੂਈ ਆ ਜੀ ਆ ਬੈਠ ਵੀ ਤਾਜੀ ਸੂਈ ਆ ਠੀਕ ਹੈ ਬੱਸੀ ਤੁਹਾਨੂੰ ਅੱਗੇ ਤੋਰ ਕੇ ਦਿਖਾਉਣਾ ਬੱਸੀ ਤੋਰੋ ਜੀ ਇਹ ਬੈਠ ਵੀਰੇ ਸਾਈ ਹਾਲ ਦੇ ਵਿੱਚ ਆ ਗਈ ਠੀਕ ਹੈ ਮੂੰਹੋਂ 2 ਦੰਦ ਆ ਜੀ ਸੂਈ ਸਵਾਈ ਆ ਮੂੰਹੋਂ 2 ਦੰਦ ਸੂਈ ਸਵਾਈ ਆ ਮਗਰ ਇਹਦੇ ਜਰਸੀ ਦੀ ਬੱਸੀ ਆ ਠੀਕ ਹੈ ਜਰਸੀ ਦੀ ਬੱਸੀ ਆ ਬਲਾਮੀ ਕਲਰ ਸੁਭਰ ਅੱਗੇ ਦੇਖੋ ਸਾਈਵਾਲ ਚ ਪਈ ਬੈੜ ਇਹ ਤੇ ਸੂਈ ਸਵਾਈ ਆ ਹਨਾ ਸੂਈ ਸਵਾਈ ਵੀਰੇ ਮੂੰਹੋਂ 2 ਦੰਦ ਆ ਮਗਰ ਜਰਸੀ ਦੀ ਪਿਓਰ ਬੱਸੀ ਆ ਜੀ ਠੀਕ ਹੈ ਤੇ ਬਾਕੀ ਜਿਵੇਂ ਹੋਰ ਲਾਟ ਦੇਖਦੇ ਵੇ ਆਪਾਂ ਆਪਣਾ 6813934 ਜਦ ਮਰਜ਼ੀ ਵੀਰ ਪਹੁੰਚੇ ਸੀਨੀ ਵਾਲਾ ਕਲਾ ਆਪਣਾ ਮਨ ਕੇ ਚਲੋ ਸਰਚ ਮਾਰ ਸਕਦਾ ਯੂਟਿਊਬ ਵਗੈਰਾ ਸਾਰੇ ਕਿਤੇ ਫੇਸਬੁੱਕ ਤੇ ਪੇਜ ਹੈਗਾ ਆਪਣਾ ਬਿਲਕੁਲ ਹੈਗਾ ਜੀ ਠੀਕ ਹੈ ਸੋ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਆ ਕਿਸੇ ਨਵੀਂ ਹੋਰ ਵੀਡੀਓ ਨੂੰ